18 ਸਾਲ ਤੋਂ ਘੱਟ ਉਮਰ ਦੇ ਲੜਕੇ ਅਤੇ ਲੜਕੀਆਂ ਦਾ ਲਾਇਸੈਂਸ ਜਿਹੜਾ ਹੈ ਕਿਸ ਤਰੀਕੇ ਦੇ ਨਾਲ ਤੁਸੀਂ ਅਪਲਾਈ ਕਰਨਾ ਹੈਗਾ, ਕਿਹੜੇ ਕਿਹੜੇ ਡਾਕੂਮੈਂਟ ਪਰੂਫ ਲੱਗਣਗੇ, ਕੀ ਪੂਰਾ ਪ੍ਰੋਸੈਸ ਹੈਗਾ, ਕਿੰਨੀ ਫੀਸ ਜਿਹੜੀ ਆ ਲੱਗ ਰਹੀ ਹੈਗੀ ਆ, ਆਰਟੀਓ ਦਫ਼ਤਰ ਵਿੱਚ ਤੁਹਾਨੂੰ ਕਿਹੜੇ ਕਿਹੜੇ ਡਾਕੂਮੈਂਟ ਨਾਲ ਲੈ ਕੇ ਜਾਣੇ ਹੋਣਗੇ, ਕਿੰਨੇ ਟਾਈਮ ਦੇ ਵਿੱਚ ਤੁਹਾਡਾ ਲਰਨਰ ਲਾਇਸੈਂਸ ਹੈਗਾ ਆ ਬਣ ਜਾਏਗਾ, ਉਸ ਨੂੰ ਤੁਸੀਂ ਕਿੰਨੀ ਉਮਰ ਤੱਕ ਜਿਹੜਾ ਆ ਯੂਜ਼ ਕਰ ਸਕਦੇ ਹੋ, ਪੂਰੀ ਜਾਣਕਾਰੀ ਜਿਹੜੀ ਆ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਸਟੈਪ ਬਾਈ ਸਟੈਪ ਦੇਣ ਜਾ ਰਿਹਾ। ਚੈਨਲ ਤੇ ਪਹਿਲੀ ਵਾਰ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ, ਤੇ ਜੇਕਰ ਤੁਸੀਂ ਲਾਇਸੈਂਸ ਸਾਡੇ ਆਫਿਸ ਤੋਂ ਆ ਕੇ ਬਣਾਉਣਾ ਚਾਹੁੰਦੇ ਹੋ ਤਾਂ ਸਾਡੇ ਆਫਿਸ ਆ ਕੇ ਵੀ ਤੁਸੀਂ ਲਾਇਸੈਂਸ ਜਿਹੜਾ ਬਣਾ ਸਕਦੇ ਹੋ, ਅਪਲਾਈ ਕਰਵਾ ਸਕਦੇ ਹੋ। ਸੋ ਦੋਸਤੋ, ਅਸੀਂ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਹਾਡੀ ਉਮਰ 16 ਸਾਲ ਤੋਂ ਲੈ ਕੇ 18 ਸਾਲ ਦੇ ਵਿੱਚ ਵਿੱਚ ਹੈ ਤੇ ਜੇਕਰ ਤੁਸੀਂ ਵਹੀਕਲ ਚਲਾਉਣਾ ਚਾਹੁੰਦੇ ਹੋ, ਸਕੂਟੀ ਦਾ ਲਾਇਸੈਂਸ ਜਿਹੜਾ ਤੁਹਾਡਾ ਬਣ ਜਾਏਗਾ। ਇਹਦੇ ਵਿੱਚ ਤੁਹਾਨੂੰ ਦੱਸ ਦਈਏ ਕਿ 16 ਸਾਲ ਤੋਂ ਜਿਨ੍ਹਾਂ ਦੀ ਉੱਪਰ ਉਮਰ ਹੈਗੀ ਆ, ਉਹਨਾਂ ਕੋਲ ਲੜਕਾ ਆ ਜਾਂ ਫਿਰ ਲੜਕੀ ਆ, ਤਾਂ ਤੁਹਾਡੇ ਕੋਲ ਆਧਾਰ ਕਾਰਡ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ, ਔਰ ਆਧਾਰ ਕਾਰਡ ਜਿਹੜਾ ਆ ਤੁਹਾਡਾ ਮੋਬਾਈਲ ਨੰਬਰ ਨਾਲ ਲਿੰਕ ਹੋਣਾ ਵੀ ਚਾਹੀਦਾ, ਤੇ ਆਧਾਰ ਕਾਰਡ ਤੇ ਜਿਹੜੀ ਤੁਹਾਡੀ ਫੋਟੋ ਹੈ ਉਹ ਵੀ ਅਪਡੇਟ ਹੋਣੀ ਚਾਹੀਦੀ ਆ, ਕਿਉਂਕਿ ਜਿਹੜਾ ਆਧਾਰ ਕਾਰਡ ਹੈਗਾ ਇਹਦੇ ਵਿੱਚ ਅਥੈਂਟੀਕੇਸ਼ਨ ਜਿਹੜੀ ਹੁੰਦੀ ਆ ਲਾਈਵ ਫੋਟੋ ਹੁੰਦੀ ਆ, ਔਰ ਤੁਹਾਡੀ ਬਾਅਦ ਵਿੱਚ ਲਾਈਵ ਅਥੈਂਟੀਕੇਸ਼ਨ ਵੀ ਹੁੰਦੀ ਆ। ਅਥੈਂਟੀਕੇਸ਼ਨ ਦੇ ਵਾਸਤੇ ਆਧਾਰ ਕਾਰਡ ਤੇ ਫੋਟੋ ਜਿਹੜੀ ਆ ਅਪਡੇਟ ਹੋਣੀ ਜ਼ਰੂਰੀ ਆ, ਨਹੀਂ ਤਾਂ ਤੁਹਾਡੀ ਅਥੈਂਟੀਕੇਸ਼ਨ ਨਹੀਂ ਹੋ ਸਕੇਗੀ। ਇਸ ਤੋਂ ਬਾਅਦ ਅਸੀਂ ਗੱਲ ਕਰ ਲੈਂਦੇ ਹੈਗੇ ਹਾਂ ਡਾਕੂਮੈਂਟ ਪਰੂਫ ਦੀ। ਇਹਦੇ ਵਿੱਚ ਦੋਸਤੋ ਤੁਹਾਡਾ ਇੱਕ ਆਧਾਰ ਕਾਰਡ ਲੱਗੇਗਾ, ਠੀਕ ਹੈ, ਆਧਾਰ ਕਾਰਡ ਦੇ ਉੱਪਰ ਜਨਮ ਤਰੀਕ ਪੂਰੀ ਹੋਣੀ ਚਾਹੀਦੀ ਆ, ਪਲੱਸ ਤੁਹਾਡਾ ਗਾਰਡੀਅਨ, ਤੁਹਾਡੇ ਮਾਤਾ ਜਾਂ ਫਿਰ ਤੁਹਾਡੇ ਪਿਤਾ ਜੀ ਜੋ ਕਿ ਤੁਹਾਡੇ ਨਾਲ ਆਰਟੀਓ ਆਫਿਸ ਵਿਜ਼ਿਟ ਕਰਨਗੇ। ਉੱਥੇ ਜਾ ਕੇ ਇੱਕ ਤੁਹਾਡਾ ਹੁੰਦਾ ਕੌਨਸੈਂਟ ਫੋਰਮ, ਕੌਨਸੈਂਟ ਫੋਰਮ ਨੂੰ ਕਿਵੇਂ ਭਰਨਾ, ਕਿੱਥੋਂ ਤੁਸੀਂ ਤੁਹਾਨੂੰ ਮਿਲਣਾ ਹੈਗਾ, ਉਹ ਵੀ ਵੀਡੀਓ ਚੈਨਲ 'ਤੇ ਅਪਲੋਡ ਕਰਦੇ ਆ। ਬਾਕੀ ਇਹਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਕੌਨਸੈਂਟ ਫੋਰਮ ਜਿਹੜਾ ਆ ਉਹ ਨਾਲ ਲੈ ਕੇ ਜਾਣਾ ਹੈਗਾ, ਔਰ ਜੇਕਰ ਤੁਸੀਂ ਡਿਸਟ੍ਰਿਕਟ ਗੁਰਦਾਸਪੁਰ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਹੈਗੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਆਰਟੀਓ ਦਫ਼ਤਰ ਦੇ ਵਿੱਚ ਮੈਡੀਕਲ ਸਰਟੀਫਿਕੇਟ ਜਿਹੜਾ ਆ ਕੈਂਡੀਡੇਟਸ ਦਾ ਜ਼ਰੂਰ ਮੰਗਿਆ ਜਾ ਰਿਹਾ, ਕਿਉਂਕਿ ਕੁਝ ਕੇਸਿਸ ਜਿਹੜੇ ਸੀ ਆਪਾਂ ਅਪਲਾਈ ਕੀਤੇ ਸੀ ਲਾਇਸੈਂਸ ਉਹਦੇ ਵਿੱਚ ਵੈਸੇ ਚਲੋ ਅਪਲੋਡ ਤਾਂ ਨਹੀਂ ਹੁੰਦਾ ਹੈਗਾ, ਬਟ ਉੱਥੇ ਆਰਟੀਓ ਆਫਿਸ ਦੇ ਜਿਹੜੇ ਕਰਮਚਾਰੀ ਹੈਗੇ ਨੇ ਜਿਹੜੇ ਕਾਊਂਟਰਾਂ 'ਤੇ ਬੈਠੇ ਹੁੰਦੇ ਜਿਹੜੇ ਤੁਹਾਡੇ ਫਾਈਲ ਦੀ ਡਾਕੂਮੈਂਟ ਦੀ ਵੈਰੀਫਾਈ ਕਰਦੇ ਨੇ ਉਹ ਤੁਹਾਡੇ ਡਾਕੂਮੈਂਟਸ ਜਿਹੜੇ ਨੇ ਮੰਗਦੇ ਨੇ। ਬਾਕੀ ਜੇਕਰ ਤੁਹਾਡਾ ਕੋਈ ਹੋਰ ਜ਼ਿਲ੍ਹਾ ਹੈਗਾ ਤਾਂ ਹੋ ਸਕਦਾ ਕਿ ਉੱਥੇ ਨਾ ਮੰਗਦੇ ਹੋਣ, ਬਟ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਜਿਹੜੀ ਮੈਡੀਕਲ ਸਰਟੀਫਿਕੇਟ ਹੈਗਾ ਉਹ ਮੰਗਿਆ ਜਾ ਰਿਹਾ, ਠੀਕ ਹੈ। ਇਸ ਤੋਂ ਬਾਅਦ ਕੌਨਸੈਂਟ ਫੋਰਮ 'ਤੇ ਤੁਹਾਡੇ ਜਿਹੜੀ ਗਾਰਡੀਅਨ ਹੈਗੇ ਨੇ ਉਹਨਾਂ ਦੇ ਸਾਈਨ ਹੋਣੇ, ਉਹਨਾਂ ਦੀ ਇੱਕ ਫੋਟੋ ਲੱਗਣੀ ਹੈਗੀ ਆ, ਔਰ ਉਹਨਾਂ ਨੂੰ ਨਾਲ ਵੀ ਜਾਣਾ ਹੋਵੇਗਾ। ਇਹ ਨਹੀਂ ਹੈਗਾ ਕਿ ਤੁਸੀਂ ਇਕੱਲੇ ਚਲੇ ਜਾਓ ਤੁਹਾਡਾ ਕੰਮ ਹੋ ਜਾਏਗਾ, ਨਹੀਂ, ਤੁਹਾਡੇ ਮਾਤਾ ਆ, ਤੁਹਾਡੇ ਪਿਤਾ ਆ ਜਾਂ ਫਿਰ ਤੁਹਾਡਾ ਕੋਈ ਕਰੀਬੀ ਰਿਸ਼ਤੇਦਾਰ ਆ ਜਿਹੜਾ ਕਿ ਗਾਰਡੀਅਨ ਦੇ ਰਿਹਾ ਤੁਹਾਡੀ, ਠੀਕ ਆ, ਕਿ ਸਾਡੇ ਬੇਟੇ ਨੂੰ ਜਾਂ ਬੇਟੀ ਨੂੰ ਲਾਇਸੈਂਸ ਬਣਾ ਕੇ ਦਿੱਤਾ ਜਾਵੇ। ਸੋ ਇਹ ਡਾਕੂਮੈਂਟ ਜਿਹੜੇ ਨੇ ਤੁਸੀਂ ਨਾਲ ਲੈ ਕੇ ਜਾਣੇ ਨੇ। ਹੁਣ ਅਸੀਂ ਗੱਲ ਕਰ ਲੈਂਦੇ ਹਾਂ ਫੀਸ ਦੀ। ਦੋਸਤੋ, ਫੀਸ ਜਿਹੜੀ ਹੈਗੀ ਆ ਇਹਦੇ ਵਿੱਚ ਤੁਹਾਡੀ ਗੌਰਮੈਂਟ ਫੀਸ ਜਿਹੜੀ ਲੱਗ ਰਹੀ ਹੈ 370 ਰੁਪਈਏ ਲੱਗ ਰਹੀ ਆ, ਔਰ ਜੇਕਰ ਤੁਸੀਂ ਆਪ ਖੁਦ ਅਪਲਾਈ ਕਰ ਸਕਦੇ ਹੈਗੇ ਹੋ ਤਾਂ 370 ਰੁਪਏ ਦੇ ਵਿੱਚ ਤੁਹਾਡਾ ਕੰਮ ਹੋ ਜਾਂਦਾ ਹੈਗਾ, 370 ਔਰ ਪਲੱਸ 10 ਰੁਪਈਏ ਕਨਵੀਨੀਅੰਸ ਫੀਸ ਲੱਗ ਜਾਂਦੀ ਹੈਗੀ ਆ ਪੇਮੈਂਟ ਗੇਟਵੇ ਦੀ, 400 ਰੁਪਈਆ ਲੈ ਕੇ ਤੁਸੀਂ ਚੱਲੋ। ਅਤੇ ਜੇਕਰ ਤੁਸੀਂ ਸਾਡੇ ਕੋਲੋਂ ਆ ਕੇ ਬਣਵਾਉਂਦੇ ਹੋ ਸਾਡੇ ਕੈਫੇ ਤੋਂ ਤਾਂ 600 ਰੁਪਈਆ ਲੈ ਕੇ ਚੱਲੋ ਤੁਸੀਂ 600 ਰੁਪਈਏ ਦੇ ਵਿੱਚ, ਕਿਉਂਕਿ 200 ਰੁਪਈਆ ਅਸੀਂ ਅਪਲਾਈ ਕਰਨ ਦਾ ਲੈਂਦੇ ਹੈਗੇ ਹਾਂ। ਸੋ ਇਹਦੇ ਵਿੱਚ ਤੁਹਾਨੂੰ ਸਿਰਫ ਇਹਦੇ ਵਿੱਚ ਕੀ ਹੈ ਕਿ ਤੁਹਾਨੂੰ ਇੱਕ ਤੋਂ ਦਿਨ ਦੇ ਵਿੱਚ ਕੋਈ ਵੀ ਅਪੁਆਇੰਟਮੈਂਟ ਨਹੀਂ ਮਿਲਦੀ ਹੈਗੀ, ਜਦੋਂ ਤੁਸੀਂ ਫੀਸ ਪੇਮੈਂਟ ਕਰ ਦਿੰਦੇ ਹੈਗੇ ਤਾਂ ਤੁਹਾਨੂੰ ਰੀਡਾਇਰੈਕਟ ਜਿਹੜਾ ਆ ਮਤਲਬ ਕਿ ਡਾਇਰੈਕਟ ਤੁਹਾਨੂੰ ਆਰਟੀਓ ਆਫਿਸ ਵਿਜ਼ਿਟ ਕਰਨਾ ਹੁੰਦਾ।
ਠੀਕ ਹੈ, ਉੱਥੇ ਤੁਹਾਡੀ ਸਕਰੂਟਰੀ ਡਾਕੂਮੈਂਟ ਦੀ ਵੈਰੀਫਿਕੇਸ਼ਨ ਜਿਹੜੀ ਆ ਹੋ ਜਾਂਦੀ ਆ। ਇਸ ਤੋਂ ਬਾਅਦ ਤੁਸੀਂ ਆਪਣਾ ਜਿਹੜਾ ਰੋਡ ਟ੍ਰੈਫਿਕ ਸਾਈਨ ਦਾ ਟੈਸਟ ਆ ਉਹ ਦੇਣਾ ਹੁੰਦਾ। ਜਦੋਂ ਤੁਸੀਂ ਰੋਡ ਟ੍ਰੈਫਿਕ ਸਾਈਨ ਦਾ ਟੈਸਟ ਪਾਸ ਕਰ ਲੈਂਦੇ ਹੋ, ਜੇਕਰ ਤੁਸੀਂ ਆਪ ਖੁਦ ਪਾਸ ਕਰ ਲੈਂਦੇ ਹੋ ਤਾਂ ਵਧੀਆ ਹੈਗਾ। ਜੇਕਰ ਤੁਸੀਂ ਨਹੀਂ ਪਾਸ ਕਰਨਾ ਚਾਹੁੰਦੇ ਹੈਗੇ, ਜੇਕਰ ਤੁਸੀਂ ਉਹਦੇ ਵਿੱਚ ਕੀ ਆ ਕਿ ਤੁਸੀਂ ਸਾਡੇ ਯੂਟਿਊਬ ਚੈਨਲ ਤੇ ਆ ਕੇ ਰੋਡ ਟ੍ਰੈਫਿਕ ਸਾਈਨਾਂ ਦਾ ਵੀਡੀਓ ਵੀ ਜਿਹੜਾ ਦੇਖ ਸਕਦੇ ਹੋ, ਜਿਹਦੇ ਵਿੱਚ ਮੈਂ ਵਨ ਵਨ ਵਾਏ ਸਾਈਨ ਜਿਹੜੇ ਨੇ ਦੱਸੇ ਹੋਏ ਨੇ। ਠੀਕ ਆ, ਤੇ ਜੇਕਰ ਤੁਸੀਂ ਆਪਣੇ ਪੈਸੇ ਬਚਾਉਣਾ ਚਾਹੁੰਦੇ ਹੈਗੇ ਹੋ ਤੇ ਜੇਕਰ ਤੁਸੀਂ ਰੋਡ ਟ੍ਰੈਫਿਕ ਸਾਈਨ ਟੈਸਟ ਪਾਸ ਕਰਨਾ ਤਾਂ ਚੈਨਲ ਤੇ ਵਿਜ਼ਿਟ ਜਿਹੜਾ ਜ਼ਰੂਰ ਕਰੋ। ਚੈਨਲ ਤੇ ਵੀਡੀਓ ਮੈਂ ਅਪਲੋਡ ਕੀਤੀ ਹੋਈ ਆ, ਫੀਸ ਵੀ ਤੁਹਾਨੂੰ ਦੱਸ ਦਿੱਤੀ ਆ। ਬਾਕੀ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਡਾਊਟ ਹੈ ਤੇ ਜੇਕਰ ਤੁਸੀਂ ਆਪ ਖੁਦ ਨਹੀਂ ਟ੍ਰੈਫਿਕ ਸਾਈਨ ਦਾ ਟੈਸਟ ਦੇ ਸਕਦੇ ਹੈਗੇ ਤਾਂ ਤੁਸੀਂ ਆਨਲਾਈਨ ਹੈਲਪ ਲੈ ਸਕਦੇ ਹੈਗੇ ਹੋ। ਠੀਕ ਆ, ਬਾਕੀ ਤੁਸੀਂ ਸਾਡੇ ਆਫਿਸ ਆ ਕੇ ਵੀ ਵਿਜ਼ਿਟ ਕਰ ਸਕਦੇ ਹੈਗੇ ਹੋ। ਅਸੀਂ ਤੁਹਾਡਾ ਲਰਨਰ ਲਾਇਸੈਂਸ ਜਿਹੜਾ ਆ ਉਹ 1 ਤੋਂ 2 ਦਿਨਾਂ ਦੇ ਵਿੱਚ ਤੁਹਾਨੂੰ ਬਣਾ ਕੇ ਦੇ ਦੇਵਾਂਗੇ। ਧੰਨਵਾਦ।